ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਇੱਕ ਨਵੀਂ ਵੀਡੀਓ 'ਚ ਅਤੇ ਬਹੁਤ ਦਿਨਾਂ ਬਾਅਦ ਅੱਜ ਧੁੱਪ ਚੜ੍ਹੀ ਆ ਧੁੱਪ ਦਾ ਆਨੰਦ ਨਵੇਂ ਸਾਲ ਦੀ ਪਹਿਲੀ ਧੁੱਪ ਆ ਧੁੱਪ ਦਾ ਆਨੰਦ ਲੈ ਰਹੇ ਆ ਸਾਲ ਦੀ ਜਨਵਰੀ ਮਹੀਨੇ ਦੀ ਪਹਿਲੀ ਧੁੱਪ ਆ ਜੀ ਇਸ ਸਾਲ ਅਤੇ ਜੀ ਅੱਜ ਆਪਾਂ ਇੱਕ ਟਰੈਕਟਰ ਸੇਲ ਕਰਨਾ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਵੀਡੀਓ 'ਚ ਬਣੇ ਰਹੋ ਅਤੇ ਜੱਗੂ ਮਾਹਲ ਵੀ ਆ ਗਿਆ ਆਪਣਾ ਬਾਈ ਹੋਰ ਬਾਈ ਕਿਆ ਹਾਲ ਆ ਵਧੀਆ ਵਧੀਆ ਬਾਈ ਪਵਨ ਕਿਹੜਾ ਟਰੈਕਟਰ ਜਾ ਰਿਹਾ ਅੱਜ ਯਾਰ ਅੱਜ ਬਾਈ ਡੀ ਆਈ 750 16 ਦੇ ਟਾਇਰਾਂ 'ਚ ਡੀ ਆਈ 750 16 ਦੇ ਟਾਇਰਾਂ ਨਾਲ 30 ਸਪੀਡ ਟਰੈਕਟਰ ਤਿਆਰ ਆ ਬਾਕੀ ਛਤਰੀ ਲਾਉਣੇ ਤੇ ਰਹਿ ਗਈ ਛਤਰੀ ਲਾ ਦੇ ਵੀਰੇ ਜਦੋਂ ਆ ਗਏ ਉਹ ਸਾਡੇ ਮਕੈਨਿਕ ਸਾਹਿਬ ਲਾਉਂਗੇ ਛਤਰੀ ਸੋ ਵੀਡੀਓ 'ਚ ਬਣੇ ਰਹੋ ਜੀ ਅਤੇ ਜੀ ਹੁਣ ਹਰੇਕ ਟਰੈਕਟਰ 'ਚ ਡੀਜ਼ਲ ਫਿਲਟਰ ਸਿੰਗਲ ਦੇਣ ਲੱਗ ਗਏ ਤੇ ਬਾਈ ਇਹ ਸਿੰਗਲ ਕਿਉਂ ਆਣ ਲੱਗੇ ਵੀਰੇ ਇਹਨੂੰ ਸਿੰਗਲ ਸਟੇਜ ਫਿਲਟਰ ਕਹਿੰਦੇ ਆ ਪਹਿਲੇ ਡਬਲ ਆਉਂਦੇ ਸੀਗੇ ਹਾਂਜੀ ਉਹ ਜਿਹੜੇ ਡਬਲ ਫਿਲਟਰ ਸੀਗੇ ਨਾ ਉਹ ਇੰਨੀ ਮਤਲਬ ਕਿ ਸਫਾਈ ਨਹੀਂ ਸੀਗੇ ਗੱਲ ਅੱਛਾ ਜੀ ਇਹ ਜ਼ਿਆਦਾ ਉਹਨਾਂ ਨਾਲ ਜ਼ਿਆਦਾ ਸਫਾਈ ਕਰਦਾ ਹੈ ਇਸ ਕਰਕੇ ਕੰਪਨੀ ਨੇ ਉਹ ਕੱਢਿਆ ਇਹ ਹਿਸਾਬ ਕਿਤਾਬ ਲਾ ਕੇ ਤਾਂ ਕਿ ਸਿੰਗਲ ਫਿਲਟਰ ਦਿੱਤਾ ਇਹ ਜ਼ਿਆਦਾ ਸਫਾਈ ਕਰਦਾ ਉਹ ਡਬਲ ਨਾਲ ਠੀਕ ਹੈ ਜੀ ਇਹ ਬੈਟਰ ਹੈ ਚੱਲ ਲਓ ਬਾਈ ਟਰੈਕਟਰ ਕਰਤਾ ਤਿਆਰ ਛਤਰੀ ਛੁਤਰੀ ਲਾ ਦਿੱਤੀ ਡੀ ਆਈ 750 3 ਸਪੀਡ 16 ਦੇ ਟਾਇਰਾਂ 'ਚ ਲਓ ਬਾਈ ਆ ਗਿਆ ਨਾਲ ਆਪਣੇ ਬਾਈ ਟਰੈਕਟਰ ਦੇਖਦਾ ਅੱਜ ਆਪਾਂ ਵਧੀਆ ਵਧੀਆ ਬਾਈ ਮੁਬਾਰਕਾਂ ਤੁਹਾਨੂੰ 3 ਸਪੀਡ 750 ਵਧੀਆ ਬਾਈ ਹੁਣ ਟਾਈਮ ਵੀ ਆਉਣਾ ਥੋੜ੍ਹਾ ਮੌਸਮ ਵੀ ਟਾਈਮ ਵੀ ਹੁਣ ਖੁੱਲ੍ਹਿਆ ਟਾਈਮ ਹੋਰ ਟਰੈਕਟਰ ਵੀ ਵਧੀਆ ਬਾਈ ਟਰੈਕਟਰ ਵੀ ਕੰਮ ਲਓ ਜੀ ਮੁਬਾਰਕਾਂ ਬਾਈ ਉਹਨਾਂ ਨੂੰ ਨਵੇਂ ਸਾਲ ਦਾ ਇਹ ਦੂਸਰਾ ਟਰੈਕਟਰ ਦਿੱਤਾ ਆਪਾਂ ਦੂਜਾ ਹਾਂ ਦੂਜਾ ਟਰੈਕਟਰ ਇੱਕ ਪਹਿਲਾਂ ਦਿੱਤਾ ਤਾਂ ਪਹਿਲਾਂ ਲਿਆ ਤਾਂ ਇੱਕ ਆਪਾਂ ਲਓ ਬਾਈ ਫੋਟੋ ਕਰਵਾਉਣ ਲੱਗੇ ਆ ਜੀ ਹੁਣ ਡੱਬਾ ਵੀ ਲਿਆਂਦਾ ਹੋਰ ਜੋਤ ਬਾਈ ਕਿਆ ਹਾਲ ਆ ਠੀਕ ਹੈ ਵੀਰੇ ਤੇ ਕਿਆ ਕੁਝ ਪਤਾ ਬਾਈ ਟਰੈਕਟਰ ਬਾਰੇ ਟਰੈਕਟਰ ਬਾਈ ਤੁਸੀਂ ਦੱਸੋ ਯਾਰ ਤੁਸੀਂ ਮਾਲ ਕਰ ਟਰੈਕਟਰ ਨਿਕਲ ਨਹੀਂ ਲੱਗੇ ਹੋ ਤੁਹਾਨੂੰ ਜ਼ਿਆਦਾ ਨੌਲੇਜ ਆ ਮੈਨੂੰ ਕੁਛ ਵੱਧ ਪਤਾ ਹੋਣਾ ਚਾਹੀਦਾ ਬਾਈ ਹਾਂ ਥੋੜਾ ਟਰੈਕਟਰ ਹੈ ਉਹਨਾਂ ਕਿਆ ਕਹਿੰਦੇ ਤੂੰ ਕਰਾਰੋ ਗੇਅਰ ਬਾਰੇ ਸਾਨੂੰ ਤਾਂ ਇੰਡੋ ਫਾਰਮ ਬਾਰੇ ਜੋ ਮਰਜ਼ੀ ਕਰਾਰੋ ਤੁਹਾਡੇ ਮੈਂ ਤਾਂ ਉਹੀ ਕਹਿੰਦਾ ਜਿਹੜੇ ਵਰਲਡ ਟਰੈਕ ਸੀਰੀਜ਼ ਆਈ ਸੀ ਇੱਕ ਵਾਰੀ ਸੋਨਾ ਲਈ ਕਾਲੀ ਵਰਲਡ ਟਰੈਕ ਹਾਂ ਉਹ 'ਚ ਕਰਾਰੋ ਗੇਅਰ ਲੱਗਿਆ ਉਹਦਾ ਅੱਛਾ ਹਾਂ ਤੇ ਆਮ ਕਿਹੜੇ ਹੁੰਦੇ ਆ ਆਮ ਤਾਂ ਆਪਣੇ ਪਿੱਛੇ ਬੁੱਲ ਗੇਅਰ ਵਾਲੇ ਹੁੰਦੇ ਆ ਬੁੱਲ ਗੇਅਰ ਹੋ ਗਏ ਈ ਪੀ ਆਈ ਪਲਾਂਟਰੀ ਹੋ ਜਾਂਦੇ ਕਰਾਰੋ ਹੈ ਕਰਾਰੋ ਵਿੱਚ ਵੀ ਹੈ ਪਲਾਂਟਰੀ ਹੋਇਆ ਹੈ ਨਾ ਹਾਂ ਮੈਂ ਸੀ ਵੀ ਹੈ ਕਰਾਰੋ ਵੀ ਪਲਾਂਟਰੀ ਹੈ ਅੱਛਾ ਪਰ ਉਹਦਾ ਗੇਅਰਾਂ ਦਾ ਸਿਸਟਮ ਐ ਹੁੰਦਾ ਜਿੰਨੇ ਅੱਗੇ ਨੂੰ ਉਹਨੇ ਬੈਕਵਰਡ ਨੂੰ ਗੇਅਰ ਹੁੰਨੇ ਉਹਦੇ ਠੀਕ ਹੈ ਬਾਈ ਹਾਂ ਕਰ ਕਰ ਕੋਈ ਚੱਕਰ ਨਹੀਂ ਚੱਲ ਬਾਕੀ ਇਹ ਜੀ ਐ ਆ ਵੀ ਦੇਖੇ ਤੇ ਸਮਝ ਆਉਣੀ ਆ ਹਾਂ ਜ਼ਿਆਦਾਤਰ ਬੰਦਿਆਂ ਨੂੰ ਪਤਾ ਹੀ ਨਹੀਂ ਹੈ ਵੀ ਬੁੱਲ ਗੇਅਰ ਕਿਹੜਾ ਦੂਗਾ ਕਿਹੜਾ ਏ ਸਹੀ ਗੱਲ ਆ ਬਾਈ ਸਾਨੂੰ ਵੀ ਨਹੀਂ ਤਾਂ ਪਤਾ ਤੂੰ ਹੀ ਸਮਝ ਆਇਆ ਸਾਨੂੰ ਵੀ ਇਹ ਦੇਖੇ ਤੇ ਪਤਾ ਲੱਗੂਗਾ ਟਰੈਕਟਰ ਤਿੰਨੇ ਖੜੇ ਹੋਣਗੇ ਨਾ ਕੰਪੈਰੀਜ਼ਨ ਫੇਰ ਕਰ ਹੋਣਾ ਠੀਕ ਆ ਬਾਈ ਤੇ ਲੋੜੀ ਵਾਲੇ ਦਿਨ ਦੇ ਦਿੱਤਾ ਆਪਾਂ ਟਰੈਕਟਰ ਵਧੀਆ ਬਾਈ ਵਧਾਈਆਂ ਪਾਲ ਦੀ ਹੋਣ ਬਾਈ ਤੁਹਾਨੂੰ ਵੀ ਵਧਾਈਆਂ ਹਾਂਜੀ ਬਾਈ ਤੁਹਾਨੂੰ ਸਾਡੇ ਨਾਲ ਜਾਵਾ ਲਓ ਜੀ ਜਿਵੇਂ ਪਤਾ ਹੀ ਆ ਤੁਹਾਨੂੰ ਇਹ ਸ਼ਟਲ ਗੇਅਰ ਹਾਈ ਲੋ ਮੀਡੀਅਮ ਆ 16 ਦੇ ਟਾਇਰਾਂ 'ਚ ਅਤੇ ਡਬਲ ਡਿਸਟ੍ਰੀਬਿਊਟਰ ਆ ਜੀ ਇਹ ਅਤੇ ਇਹਦੇ 'ਚ ਲਿਫਟ ਦੀ ਅਪਡੇਟ ਕੀਤਾ ਇਹਦਾ ਲਿਫਟ ਦੀ ਕਪੈਸਿਟੀ ਵਧਾਈ ਆ ਸਾਨੂੰ ਕਈਆਂ ਨੇ ਕਿਹਾ ਵੀ ਟਰੈਕਟਰ ਇਹਦਾ 16 ਦੇ ਟਾਇਰਾਂ 'ਚ ਆ ਗਰੋਹ ਵਾ ਖੜੇ ਦਾ ਇੱਧਰ ਬਾਈਓ ਨਹੀਂ ਲੱਗੇ ਹੋਏ ਵੀਡੀਓ ਬਣਾਉਣ ਜੱਗੂ ਮਾਹਲ ਦੱਸੋ ਸ਼ੁਰੂ ਹੋਰ ਬਾਈ ਲੇਟ ਹੋ ਗਿਆ ਯਾਰ ਤੂੰ ਮੈਂ ਤਾਂ ਯਾਰ ਪਾਲਵੀਰ ਨਾਲ ਗਿਆ ਸੀਗਾ ਕੰਮ ਇੱਕ ਪੇਮੈਂਟ ਦੇ ਦੇ ਤੇਰੇ ਪਿੱਛੇ ਟਰੈਕਟਰ ਚਲੋ ਬਹੁਤ ਵਧੀਆ ਮੁਬਾਰਕਾਂ ਵੀਰੇ ਸੋਨੂੰ ਨਾਲੇ ਉਹ ਵੀਰ ਨੂੰ ਜਿਹੜਾ ਟਰੈਕਟਰ ਲੈ ਕੇ ਗਿਆ ਯਾਰ ਲੋੜੀ ਨਾਲੇ ਲੋੜੀ ਆ ਕੱਲ ਹਾਂ ਹਾਂ ਲੋੜੀ ਮਨਾ ਲਓ ਫਿਰ ਬਾਲ ਲਓ ਧੂਣੀ ਕੱਲ ਨੂੰ ਤੇ ਬਾਈ ਦੇ ਵੀ 250 ਸਬਸਕ੍ਰਾਈਬਰ ਹੋ ਗਏ ਹਾਂਜੀ ਹਾਂ ਵੀਰੇ ਸਪੋਰਟ ਕਰਿਓ ਸਪੋਰਟ ਕਰਨੀ ਆਪਾਂ ਸਾਰਿਆਂ ਨੇ ਬਿਲਕੁਲ ਬਿਲਕੁਲ ਯਾਰ ਬਿਲਕੁਲ ਹੋਰ ਬਾਈ ਕਿੱਦਾਂ ਚੱਲ ਰਿਹਾ ਕੰਮਕਾਰ ਕੰਮਕਾਰ ਵੀਰੇ ਬਹੁਤ ਵਧੀਆ ਇੱਕ ਟਰੈਕਟਰ ਚੱਲ ਗਿਆ ਅੱਜ ਤੇ ਆ ਵੀਰ ਆਏ ਵੀਰ ਨਵਾਂ ਸੌਦਾ ਵੱਜ ਰਿਹਾ ਇਹ ਵੀ ਚੱਲ ਜਾਣਾ ਹਾਂ ਚੱਲ ਜਾਣਾ ਚੱਲ ਜਾਣਾ ਵੀਰੇ ਚੱਲ ਜਾਣਾ
ਸੋਨਾਲੀ ਕਾਰ ਦਾ ਠਾ ਠਾ ਆਇਆ ਹੈ ਵਿਕਦਾ ਵੀਰ ਮੇਰੇ ਉਹ 750 ਦੀ ਤਾਂ ਸੇਲ ਹੈ ਬਹੁਤ 750 ਦੀ ਪੂਰੀ ਸੇਲ ਆ ਯਾਰ ਕਿਉਂਕਿ 55 ਹਾਰਸ ਪਾਵਰ ਦਾ ਟਰੈਕਟਰ ਆ ਆਲ ਅਰਾਊਂਡ 855 ਹਲੇ ਉਹ 50 ਹਾਰਸ ਪਾਵਰ ਦਾ ਟਰੈਕਟਰ 855 ਇਹ 50 ਹਾਰਸ ਟਰੈਕਟਰ ਤੇ 55 ਹਾਰਸ ਪਾਵਰ ਦਾ ਟਰੈਕਟਰ ਆ ਇਹ ਤੇ ਉਹਦੇ ਨਾਲ ਤੇ ਰੇਟ ਆਪਣਾ ਘੱਟ ਆ ਵੀਰੇ 855 ਨਾਲ ਤੇ ਟਰਾਲੀ ਖਿੱਚਣ 'ਚ ਆਵਾਜ਼ ਦੇਖਿਓ ਕਾਰਾਂ ਵਰਗੀ ਆਵਾਜ਼ ਆ चैनल सबसक्राइब कर दियो जी अपने बाई दा तंपड़ ब्लॉग चैनल ब्लॉग वीरे प्यार दियो हाले नवा ही शुरू करे आपां ने एक दो दिन तो ही पूरी सपोर्ट करनी आपां करे वीरे करे जरूर धन्यवाद जी थैंक यू वेरी मच थैंक यू।